Ja. बहुत बुरा तरह रहा है यहाँ से मोटरसाइकिल हमारा जी। बिस्मिल्लाहिर्रहमानिर्रहीम, अस्सलामुअलैकुम। अल्लाह और उसके प्यारे हबीब हज़रत मोहम्मद मुस्तफ़ा सल्लल्लाहु अलैहि वसल्लम ने बबरकत और खूबसूरत जना तो आज ने इस दिन और आज ने वीडियो ने आगाज़ करने सारे भैन अपना शुक्रिया अदा करने अपना कीमती टाइम अपनी वीडियो सदा कड़ी तकी अपनी कीमती रहे सी कमेंट अंदर दे छोड़ने हो। अज माशाल्लाह जरा सा विलाग आना भाई रहमी सा मौजूद है। पहले ਮੁਲਾਕਾਤ ਹੋਣੀ ਚਾਹੀਦੀ ਆ ਕਲਾਰ ਸੀ ਨਾਲੋ ਨਾਲ ਸਾਡਾ ਵਿਲਾਗ ਜਾਰੀ ਸਾਰੀ ਸੀ ਚੈਨਲ ਸਬਸਕ੍ਰਾਈਬ ਕਰਨਾ ਵੀਡੀਓ ਸ਼ੇਅਰ ਕਰੀਏ ਆਪਣਾ ਸਫ਼ਰ ਸ਼ੁਰੂ ਕਰਨੇ ਆ ਤਾਂ ਨਾਲ ਸਾਨੂੰ ਦੱਸਣੇ ਆ ਜਾਣੀ ਵੀਡੀਓ ਸਫ਼ਰ ਸਾਡਾ ਜਾਰੀ ਔਰ ਸਾਰੀ ਆ ਕੋਟਲੀ ਤਰਫ ਇੱਥੋਂ ਅੰਬ ਸੀ ਬੁਆਣ ਲਏ ਹਾਂ ਪੈਟਰੋਲ ਅਸਾਂ ਮੋਟਰਸਾਈਕਲ ਅਸਾਂ ਆ ਸਫ਼ਰ ਨਾ ਇਸਦਾ ਜਿਹੜੀ ਆ ਚੰਗੀ ਹੋਈ ਆ ਤਾਂ ਰਾਹ ਰਾਹ ਬਣਾ ਹੋਈ ਆ ਕਿਉਂਕਿ ਮੋਟਰਸਾਈਕਲ ਰਾਹ ਤੁਸੀਂ ਅਸਾਂ ਆ ਇੱਥੋਂ ਪੈਟਰੋਲ ਭਾਈ ਕਿੰਨੇ ਆ ਫਿਰ ਕਿਆ ਅਸਾਂ ਆਪਣਾ ਸਫ਼ਰ ਸ਼ੁਰੂ ਕਰ ਰਿਹਾ ਯਾਰ ਜਾਮਾ ਮੋਟਰਸਾਈਕਲ ਕੋਲੋਂ ਨਹੀਂ ਤਾਂ ਇਸਨੇ ਪੈਣਾ ਬਹੁਤ ਜ਼ਿਆਦਾ ਵਾਹ ਸੀ ਭੈਣਾ ਭਰਾ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਅੱਜ 10 ਮੁਹਰਮ ਹੈ ਆਪਣੇ ਪਤਾ ਸ਼ਾਇਦ ਲਈ ਗੱਲ ਅੱਜ ਰੋਡਾਂ ਛੋਟਾਂ ਕਾਫੀ ਜ਼ਿਆਦਾ ਬਲਾਕ ਲਾਗ ਉਸ ਤਰੀਕੇ ਮਾਮਲਾ ਅਤੇ ਸਕਿਉਰਟੀ ਨਹੀਂ ਵਜ੍ਹਾ ਸੀ ਇੰਨਾ ਵੈਸੇ ਅੱਜ ਪੁਲਿਸ ਵਾਲੇ ਜਿਹੜੇ ਨਾ ਪੁਲਿਸ ਟ੍ਰੈਫਿਕ ਹਰ ਤਰੀਕੇ ਨਾਲ ਜਿਹੜਾ ਸਿਸਟਮ ਆ ਨਾ ਉਹ ਨਾਲ ਬਹਾਲ ਹੋ ਠੀਕ ਆ ਅਸਾਂ ਜੁੜੇ ਹਾਂ ਕੋਟਲੇ ਕਲਾਰ ਸ਼ੇਪ ਨਾਲ ਨਾਲ ਤੁਸੀਂ ਵੀਡੀਓ ਦੱਸਾਂ ਨਾਲ ਤੋਂ ਜੁੜੇ ਦੇਖੋ ਤਾਂ ਸਫ਼ਰ ਅਸਾਂ ਸ਼ੁਰੂ ਕਰ ਲਿਆ ਅਸੀਂ ਪੈਟਰੋਲ ਸ਼ੁਰੂ ਬਣਾਉਣੇ ਹਾਂ ਫਿਰ ਜੁੜੇ ਆ ਗਿਆ ਚਾਹ ਸ਼ਾਹ ਪੀਸਾਂ ਨਾਲ ਨਾਲ ਸ਼ਾਰਟ ਸ਼ਾਰਟ ਵੀਡੀਓ ਤੁਸੀਂ ਦੱਸਾਂ ਇੱਥੋਂ ਤਾਂ ਗਰੀਬਣਾ ਸੀ 2-2.5-3 ਘੰਟੇ ਨੇ ਕੋਲ ਗੱਲ ਡਾਣੀ ਨਾ ਅਸਾਂ ਆਸਤੇ ਆਸਤੇ ਜਾਸਾਂ ਜਿਤਨਾ ਟਾਈਮ ਅਸੀਂ ਜਾਣਿਆ ਲੱਗ ਜਾ ਭੈਣਾ ਭਰਾ ਸਫ਼ਰ ਸਾਡਾ ਜਾ ਰਹੀ ਹੈ ਸਾਰੀ ਆ ਥੋੜ੍ਹੀ ਦੇਰ ਰੈਸਟ ਕਰਨ ਲਏ ਹਾਂ ਖਲਤੇ ਹਾਂ ਜਾ ਨਾਟ ਸੀ ਗਾਣੀ ਗਰੀਦਾ ਪਏ ਰਹੇ ਵੀ ਕਾਲਾ ਲੈ ਪਿਆ ਕਿਉਂਕਿ ਰਾਬਤਾ ਹੋ ਰਿਹਾ ਸਾਡਾ ਪੈਸਾ ਜਿਹਦੇ ਨਾਲ ਉਹ ਵੀ ਇਸ ਪੈਸਾ ਆਏ ਵੇ ਠੀਕ ਹੈ ਅਸਾਂ ਜਦੋਂ ਹੁਣ ਰਾਬਤਾ ਕਰਨੇ ਪਤਾ ਕਰ ਰਹੇ ਹਾਂ ਕਿ ਉਹ ਕੁਦਰੇ ਤਾਂ ਫਿਰ ਉਸ ਤੋਂ ਬਾਅਦ ਅਸਾਂ ਜਿਹੜਾ ਨਹੀਂ ਨਾ ਉਹਨਾਂ ਦੀ ਵੀ ਨਾਲ ਰੱਖਾਂ ਦਾ ਫਿਰ ਥੋੜ੍ਹਾ ਫਿਰਾਂ ਟੁਰਾਂ ਇਨਸ਼ਾਅੱਲਾ ਸ਼ਾਮੀ ਨੂੰ ਟਾਈਮ ਅਸਾਂ ਨਹੀਂ ਮਰਜ਼ੀ ਆ ਕੇ ਪਹੁੰਚਾਂ ਗੁਲਾਰ ਸ਼ਰੀਫ ਅਗਰ ਰਾਬਤਾ ਵੀ ਗਿਆ ਤਾਂ ਠੀਕ ਹੈ ਅਗਰ ਨਾ ਹੋਇਆ ਤਾਂ ਫਿਰ ਅਸਾਂ ਨਿਕਲੀ ਅਸਾਂ ਕੋਟਲੀ ਸਾਈਡ ਅਤੇ ਨਾਲ ਨਾਲ ਅਸੀਂ ਵਿਲਾਗ ਦੱਸਣੇ ਦੱਸਾਂ ਇਹ ਤਾਂ ਸ਼ਾਮੀ ਥੋੜ੍ਹੀ ਦੇਰ ਤੱਕ ਖਲਦੇ ਹਾਂ ਆਪਸ ਨਹੀਂ ਕਰੇ ਬਿਨਾਂ ਪਰੋ ਚੀੜਾਂ ਨੇ ਸ਼ਾਮੀ ਨਾ ਤਾਂ ਮਜ਼ਾ ਆਛਣਾ ਪਿਆ ਇੱਧਰ ਕੋਈ ਨਹੀਂ ਦਿਓ ਤੁਸੀਂ ਸਾਰੀ ਥੰਮ ਠਾਕ ਲਿਆ ਉਹਦਾ ਸ਼ਾਮ ਸ਼ਾਮ ਸਹੀ ਹੈ ਨਾਲੋਂ ਨਾਲ ਸੀ ਵੀਡੀਓ ਦੱਸੀ ਰਹੇ ਹਾਂ ਗੱਡੀਆਂ ਮੋਟਰਸਾਈਕਲ ਤੜੋ ਤੜ ਅੱਛੇ ਚਾਹੀਦੇ ਆਇਓ ਗੱਡੀਆਂ ਜਿਸ ਅੱਛੀਆਂ ਇਤਨਾ ਵਰਤਿਆ ਬਿਆ ਨਾ ਕਿਉਂਕਿ ਮੁਰਗਿਆਂ ਨੇ ਗੱਡੀ ਜਿਹੜੀ ਆਉਣਾ ਭਰੀ ਵੀ ਸੀ ਤਾਂ ਵਕਤ ਇਤਨਾ ਬਿਆ ਨਾ ਕੋਈ ਹਿਸਾਬ ਨਹੀਂ ਆ ਤੋੜ ਦੱਬਾ ਮੁੜੇ ਜਿਹੜਾ ਅਸੀਂ ਪਤਾ ਗੱਡੀ ਜ਼ੋਰ ਲਾਉਣੀ ਨਾ ਧੋਆਂ ਜਿਹੜਾ ਆਉਣਾ ਉਹ ਥੋੜ੍ਹਾ ਜਿਹਾ ਖਤਰਨਾਕ ਹੋਣਾ ਸਾਡੇ ਜਿਹੜੇ ਦੋਸਤ ਬਾ ਅੱਗੇ ਆਏ ਪਏ ਸਾਜਦ ਬਾਕੀ ਜਿਹੜੇ ਨਾਲ ਉਸ ਨੂੰ ਨਾਲ ਜੁਸਾਂ ਪਤਾ ਰਹੇ ਸੀ ਕਿਹੜੇ ਕਿਹੜੇ ਆ ਅਸਾਂ ਉਹਨਾਂ ਨੇ ਪਿੱਛਾ ਪਿੱਛਾ ਨਹੀਂ ਅਸਾਂ ਬਿਸਮਿਲਾ ਕੀਤੀ ਆ ਉਹ ਅੱਗੇ ਇੱਕ ਕਿਆ ਦੱਸਿਆ ਉਸਨੇ ਬਾਬਾ ਫਰੀਦ ਬਾਬਾ ਫਰੀਦ ਗੰਜ ਸ਼ਕਰ ਜਿਹੜੀ ਉਹਨਾਂ ਨੇ ਇੱਥੇ ਕੋਈ ਬੈਠਕ ਹੈ ਉੱਥੇ ਅੱਗੇ ਆਉਣਾ ਕੋਈ ਲੰਗਰ ਸ਼ੰਗਰ ਪਕਾ ਸਕਦੇ ਆ ਉੱਧਰ ਜਾਈ ਰਹੇ ਸੀ ਅਸਾਂ ਅੱਜ ਨਾਲ ਜੁਲੇ ਇਸ ਵਕਤ ਤੁਸੀਂ ਮੌਜੂਦ ਹੀ ਇੱਥੇ ਭਾਈ ਨੂੰ ਪੁੱਛਿਆ ਜਿਹੜਾ ਨਾਂ ਲੰਮੀਆਂ ਪਰਾਠੀ ਦੱਸਿਆ ਨੇ ਇਹ ਪਿੱਛਾ ਇਤਨੇ ਬੜੇ ਬੜੇ ਪਰਾਠੇ ਮਤਲਬ ਇਹ ਆ ਕਿ ਇਹ ਘਾਣੇ ਪੜ ਯਾਦ ਨਹੀਂ ਰਹਿਣੀ ਹੈ ਪਰ ਰਹਿਮ ਵੀ ਸਾਡਾ ਮੌਜੂਦ ਹੈ ਥੋੜ੍ਹਾ ਜਿਹਾ ਵੀ ਨਾ ਕਹਿੰਦੇ ਆ ਜੀ ਕਿਆ ਬਣੇ ਹੋ ਜੀ ਸੋਹਣੀ ਜਗ੍ਹਾ ਸੀ ਗੁਣੀ ਅਗਰ ਡਰੋਨ ਨੇ ਵੀਡੀਓ ਬਣਦੀ ਹੋਇਆ ਭੈਣ ਭਰੋ ਜਾਣੇ ਬੜੇ ਸੋਹਣਾ ਜਿਹਾ ਵਿਊ ਚ ਹੈ ਮੈਂ ਤੁਹਾਨੂੰ ਕਿ ਚੱਕਰ ਅਸਾਂ ਬਰਾਲ ਬੈਕ ਕਰੂੰ ਬੈਕ ਕੇ ਮੇਰੇ ਤੁਹਾਨੂੰ ਚੱਕਰ ਆਉਣੇ ਅਸਾਂ ਸ਼ੋਰ ਸ਼ਗਲ ਮਾਹੌਲ ਮਾਸ਼ਾ ਇਹ ਦੋਹਾ ਤੱਕਿਆ ਮਾਸ਼ਾਅੱਲਾ ਮਾਸ਼ਾਅੱਲਾ ਇਸ ਜਗ੍ਹਾ ਕੀ ਆਹ ਜਾਣਾ ਲੰਮੀਆਂ ਪਰਾਠੀ ਇਹ ਸੜਕ ਜਿਹੜੀ ਹੈ ਇਹ ਚੀਜ਼ਾਂ ਨੇ ਆਪਣੀ ਸਾਈਡ ਨਹੀਂ ਬਣੇ ਸੀ ਅਸਾਂ ਡਰੋਨ ਦੀ ਵੀਡੀਓ ਬਣਤੀ ਹੋਇਆ ਡਰੋਨ ਬੱਲੇ ਬੱਲੇ ਇੱਥੇ ਉੱਪਰ ਬੰਦਾ ਖੜਾ ਤਾਂ ਬੜੀ ਸੋਹਣੀ ਜੀ ਵੀਡੀਓ ਬਣੀ ਹੈ ਇਸਨੇ ਪਸੰਦ ਆ ਬਾਈ ਕੋਣੀ ਵਿਊ ਪਸੰਦ ਆਏ ਇਹ ਚਲੋ ਚਲੋ ਜੀ ਸਟਾਰਟ ਕਰੋ ਮੋਟਰਸਾਈਕਲ ਨੂੰ ਅੱਗੇ ਜੁਲੇ ਹਾਂ ਬੈਠਕ ਸ਼ਰੀਫ ਜੀ ਤਾਂ ਉੱਥੇ ਤੱਕਣੇ ਉੱਥੇ ਹੀ ਹੈ ਫਿਰ ਸਾਂ ਮਿਲਦੇ ਹਾਂ ਅਸਲ ਅਸਾਂ ਜਾਣਾ ਪੈਣਾ ਪਰੋ ਕੋਟਲੀ ਸਾ
ਬੜਾ ਲਿਆ ਕੇ ਰਸਤੇ ਸਾਹ ਕਾਫੀ ਟਾਈਮ ਪਿਆ ਵਾ ਤਾਂ ਚਲੋ ਦੋਸਤ ਬਾਬ ਨਾਲ ਗੱਪ ਸ਼ੱਪ ਲੈਣੇ ਲੈਣੇ ਜੁਲਾਉਣਾ ਫਿਰ ਜੁਲੇ ਉਹਨਾਂ ਨਾਲ ਮੁਲਾਕਾਤ ਮਾਰੀ ਜੁਲੇ ਹਾਂ। ਫਾਈਨਲੀ ਭੈਣਾਂ ਭਰਾ ਸਾਹਿਬ ਪਹੁੰਚੇ ਹਾਂ ਅਤੇ ਬੈਠਕ ਬਾਬਾ ਫਰੀਦ ਗੰਜ ਸ਼ਕਰ, ਠੀਕ ਹੈ। ਪੱਕੀ ਰੋਡ ਜਾਣੀ ਸੀ ਅਸਾਂ ਲੈਣ ਲਿਆ ਕੱਚੀ ਰੋਡਾਂ, ਠੀਕ ਹੈ। ਹੁਣ ਤੁਸੀਂ ਕਿ ਮੈਂ ਕੱਚੀ ਰੋਡਾਂ ਨੇ ਥੋੜ੍ਹੇ ਜਿਹੇ ਨਜ਼ਾਰੇ ਦਿਖਾ, ਵੈਸੇ ਵੀਡੀਓ ਪਹਿਲਾਂ ਕੋਈ ਨਹੀਂ ਬਣਾਈ ਆ, ਕੱਚੀ ਰੋਡਾਂ ਨੇ ਵੀਡੀਓ ਬਣਾ ਸਕੀਆਂ ਕਿ ਜਿਹੜੇ ਨਜ਼ਾਰੇ ਨੇ ਨਿਚਲੀ ਸਾਈਡ ਤੋਂ ਤੱਕਣੇ ਉਸਨੂੰ ਬੜਾ ਹੀ ਖੂਬਸੂਰਤ ਜਿਹਾ ਨਜ਼ਾਰਾ ਜਿਹੜਾ ਨਹੀਂ ਆਇਆ, ਜਿਸਨੇ ਕਿ ਮਿਲੀ ਰਿਆ ਸੋਹਣੀ ਖਿਦਮਤ ਦੀ ਪੇਸ਼ ਕਰੀ ਉਹਨਾਂ ਮੈਂ ਆਇਆ। ਵੈਸੇ ਤਾਂ ਅਸਾਂ ਹੁਣ ਇਨਸ਼ਾਅੱਲਾ ਸਫ਼ਰ ਸ਼ੁਰੂ ਕਰਸਾਂ, ਅੱਗੇ ਦੱਸਾਂ ਜੀ, ਪਰ ਉਸ ਤੋਂ ਪਹਿਲਾਂ ਦੱਸੀ ਉਹਨਾਂ ਕਿ ਇੱਥੋਂ ਬਹੁਤ ਮਜ਼ਾ ਆਉਣਾ, ਇਤਨਾ ਜ਼ਿਆਦਾ ਮਜ਼ਾ ਆਉਣਾ ਪਿਆ ਕਿ ਸਾਹਿਬ ਹਾਲੀ ਨਾਲ ਨਜ਼ਾਰੇ ਆਉਣ ਪਏ। ਰਹਿ ਵੀ ਫੋਨ ਕੱਢਿਆ ਕਾਲ ਸ਼ਰਮੀ ਸ਼ਾ ਕੇ ਮਿਲਾਉਣ ਲਏ ਅਤੇ ਜਣੇ ਕੁਝ ਬਾਹਰ ਉਹ ਬਕਰੀਆਂ ਚਾਰਨੇ ਪਏ ਸ਼ਹਿਦਰੀ ਵਾਲੀ ਤੁਸੀਂ ਦਿਸਣੇ ਉਸ ਹੁਣ ਅਸੀਂ ਬਾਅਦ ਬੁਣ ਨਿੱਕਾ ਕੋਈ ਲਾਸ ਆ ਖੋਤੀਆਂ ਦਾ ਚਾਰ ਹੋਣਾ ਪਿਆ ਸੀ ਅਤੇ ਇਹ ਖੂਬਸੂਰਤ ਨਜ਼ਾਰੇ ਬੁਣ ਘੱਸ ਵੀ ਆ ਅਤੇ ਚਲੋ ਜੁਲੇ ਆ ਤੱਕਣੇ ਆ ਕਿਆ ਕੋਈ ਸਟੋਰੀ ਕਿਆ ਕੋਈ ਬਣ ਭਾਈ ਰਾਮ ਰਾਬਤਾ ਕਰੀ ਰਹੀ ਸੀ ਉਹਨਾਂ ਨਾਲ, ਮੈਂ ਇਤਨੀ ਦੇਰੀ ਮੈਂ ਪੈਦਲ ਥੋੜ੍ਹਾ ਥੋੜ੍ਹਾ ਜਿਹਾ ਨਾਲ ਲਿਆ ਕੇ ਜਿੰਨੀ ਦੇਰੀ ਉਹ ਰਾਬਤਾ ਸ਼ਬਦਾਂ ਕਰੀ ਦਾ ਕਹਿ ਆ ਮੈਂ ਸਾਂ ਕਿਤਨੀ ਦੇਰੀ ਕਿ ਰੋਡਾਂ ਨਾਲ ਥੋੜ੍ਹਾ ਜਿਹਾ ਨਜ਼ਾਰਾ ਕਰਾਈ ਛੋੜਾਂ। ਹਾਂ ਹੁਣ ਗੱਪ ਤਾਂ ਅੱਗੇ ਵੀ ਅੱਗੇ ਤਕਰੀਬਨ ਸਾਰੀ ਮਿਸ਼ਾ ਇੱਥੇ ਤਾਂ ਹੀ ਆ ਕੱਚੀ ਰੋਡ, ਫਿਰ ਵੀ ਚਲੋ ਅਸਾਂ ਹੈ ਚਲੋ ਸ਼ੁਕਰ ਮੇਰਾ ਥੋੜ੍ਹਾ ਥੋੜ੍ਹਾ ਨਾਲ ਨਾਲ ਦੱਸਣਾ ਚਾਹੀਦਾ ਹੈ ਨਾ। ਖੂਬਸੂਰਤ ਖੂਬਸੂਰਤ ਜੰਗਲਾਤ ਵਿੱਚੋਂ ਸਫ਼ਰ ਸਾਡਾ ਇੰਨੀ ਨਾ ਚਾਹ ਰਹੀ ਆ ਸਾਰੀ ਆ, ਪੈਦਲ ਸਫ਼ਰ ਹੀ ਰਿਹਾ ਕਿਉਂਕਿ ਥੋੜ੍ਹੇ ਜਿਹੇ ਮੁਸ਼ਕਲ ਰਸਤੇ ਆਏਗੀ ਅਸੀਂ ਭਾਈ ਰਹਿਮ ਸਾਗਰ ਗਈ ਤਾਂ ਉਹ ਪਾਰੂ ਜਾਈ ਰਹੇ, ਠੀਕ ਹੈ। ਮੈਂ ਰਾਮ ਰਾਮ ਨਾਲ ਲਾਈ ਰਿਹਾ ਹਾਂ ਕਿਉਂਕਿ ਖੂਬਸੂਰਤ ਨਜ਼ਾਰੇ ਕਰਾਉਣਾ ਕਰਾਉਣਾ ਜਾਈ ਰਿਹਾ ਹਾਂ, ਪਹਿਲੇ ਐਸਾ ਆ ਹੀ ਰਿਹਾ ਹੁਣ ਐਸਾ ਜਾਈ ਰਿਹਾ ਜੀ। ਤੁਸਾਂ ਕੀ ਭੈਣੋ ਭਰਾਓ ਇਹ ਨਜ਼ਾਰੇ ਦੱਸਣੇ ਦੱਸਣੇ, ਸਫ਼ਰ ਰਾਣੀ ਦਾ ਮੈਂ ਸ਼ੁਰੂ ਕੀਤਾ ਵਾ ਪੈਦਲ ਹੀ ਜਾਈ ਰਿਹਾ ਹਾਂ ਕਿਉਂਕਿ ਮੋਟਰਸਾਈਕਲ ਹੁਣ ਚਲਾਉਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਗਿਆ ਜਵਾਬ ਫਿਰ ਅਸੀਂ ਕਿਆ ਕਰਨਾ, ਠੀਕ ਹੈ। ਇਸ ਬਾਰੇ ਅਸਾਂ ਫਿਰ ਆਪਣਾ ਸਫ਼ਰ ਰਾਣੀ ਆ ਉਹ ਜਾ ਰਹੀ ਆ ਸਾਰੀ ਦੇਖਿਆ ਵਾ ਖੜਾਉਣਾ ਹੀ ਨਹੀਂ ਨਾ ਫਾਂ 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 ਤੁਰੀ ਤੁਰੀ ਜਾਵੇ। ਚਲੋ ਇਧਰ ਇਹ ਗ੍ਰਾਂ ਮਾਸ਼ਾਅੱਲਾ ਹਾਲੀ ਰੋਡਾਂ ਇੱਥੇ ਬੜਾ ਮਸਲਾ ਆ, ਬਾਕੀ ਖੂਬਸੂਰਤੀ ਨੇ ਲਿਆ ਤੱਕਿਆ ਜਾਣਾ ਸੋਹਣੀਆਂ ਜਵਾਈਆਂ ਇਸ ਜਗ੍ਹਾ ਸਾਰੀ ਖੂਬਸੂਰਤ ਚੀਜ਼ ਪਤਾ ਭੈਣਾਂ ਭਰਾਓ ਜਿਹੜੇ ਬਣਾਉਣੀ ਜਾਣਾ ਇਹ ਜਿਹੜਾ ਕਾਹ ਨਹੀਂ ਗਿਰਾਂ ਪਿਆਣਾ ਉਸ ਨਾਲ ਜਿਹੜੇ ਇਹ ਚੀਜ਼ਾਂ ਨੇ ਉਹਨੇ ਪਤਾ ਨਹੀਂ ਕਿਹਾ ਆਖਣਾ ਯਾਦ ਨਹੀਂ ਰਿਹਾ ਪੱਤੇ ਜੋਗੀ ਜੀ ਨੇ ਕਿਹਾ ਪੱਤੇ ਆ ਹੀ ਹੋਣਾ ਮੈਂ ਮੈਨੂੰ ਪਤਾ ਇੰਨੇ ਕਿਹਾ ਆਖਣਾ ਯਾਦ ਨਹੀਂ ਰਿਹਾ ਇਸ ਦੀ ਵਜ੍ਹਾ ਅਸੀਂ ਨੀਲੇ ਘਾਹ ਵਿੱਚ ਨਹੀਂ ਜਿਹੜਾ ਇਹ ਚੀਜ਼ਾਂ ਹੋਣੀਆਂ ਫਿਰ ਖੂਬਸੂਰਤੀ ਜ਼ਿਆਦਾ ਬਣਾਉਣੀ ਆ। ਬਾਰਾ ਲਿਆ ਕੇ ਅਸਾਂ ਖੂਬਸੂਰਤ ਖੂਬਸੂਰਤ ਨਜ਼ਾਰੇ ਤੁਸੀਂ ਦੱਸਣੇ ਆ, ਬਾਕੀ ਦੋ ਸੌ ਬਾਅਦ ਚਲੋ ਗੇਟ ਹੀ ਆ ਰਾਸ਼ ਨੇ ਸੁਣਨੇ ਜੀ ਆਇਆ ਕਿ ਸਜਾਰੀ ਸ਼ਰੀਫ ਹੀ ਹੈ ਅੱਜ ਉੱਥੇ ਜਿਹੜੀ ਲੰਗਰ ਸਿੰਗਰ ਦੀ ਤਨਾਵਲ ਫਰਮਾਸਾਂ ਬਾਰਾ ਲਿਆ ਕੇ ਅਸਾਂ ਖੂਬਸੂਰਤ ਖੂਬਸੂਰਤ ਨਜ਼ਾਰੇ ਕਰਨੇ ਕਰਨੇ ਜਲੋ ਤੁਸੀਂ ਦੱਸਣੇ ਤੁਸੀਂ ਨਜ਼ਾਰੇ ਖੂਬਸੂਰਤ ਜੇ ਫਿਰ ਸੋਹਣਾ ਮਿਲਣੇ ਵਾਕਿਆ ਜੀ ਸੁਣ ਗਿਆ ਇਤਫਾਕ ਅਸਾਂ ਜੀ ਬਹੁਤ ਨੀਚੇ ਅੜੀ ਜਾਣਾ ਕਾਫੀ ਆਬਾਦੀ ਹੈ ਕਾਫੀ ਬੜੇ ਬੜੇ ਲੰਮਣ ਹੈ ਅਸਾਂ ਮੋਟਰਸਾਈਕਲ ਪੂਰੇ ਜੰਗਲਾਂ 'ਚ ਡਰਾਈਵ ਕਰੀ ਦਿੰਦੇ ਪਏ ਜੰਗਲਾਂ ਵਿੱਚ ਅਸਾਂ ਮੋਟਰਸਾਈਕਲ ਕਰੀ ਦਿੰਦੇ ਪਏ ਸਾਹਬ ਲਈ ਜੀ ਮਧੂਸਣੇ ਚਲਾਈ ਸੁਣਨੇ ਪਏ ਮੈਂ ਤਾਂ ਵੈਸੇ ਨਾਲ ਬੈਠਾ ਹੋਣਾ ਪੈਦਲ ਟੁਰੀ ਟੁਰੀ ਤਾਂ ਮਰੀ ਗਿਆ ਅਤੇ ਇਹ ਜੰਗਲ ਕਿੱਥੋਂ ਮੈਂ ਬਹਿਸ ਨਾ ਕਰਨਾ ਮੈਂ ਵੀਡੀਓ ਬਣਾਈਆਂ ਵਾ ਮੈਂ ਵੀਡੀਓ ਇਸ ਨੇ ਬਣਾਉਣਾ ਸਾਡਾ ਪੈਦਲ ਲੱਛਣਾ ਸਾਂ ਇਹ ਚੀੜਾਂ ਨੇ ਬੂਟੇ ਖੂਬਸੂਰਤ ਖੂਬਸੂਰਤ ਅਤੇ ਇਹ ਸਾਰਾ ਜੰਗਲ ਅਸਾਂ ਇਹਨਾਂ ਰੋਡਾਂ ਭਰਿਆ ਆਏ ਹਾਂ ਅਤੇ ਸਾਹਿਬ ਲੈ ਗਈ ਨੋ ਅਤੇ ਅੱਗੇ ਉਮੀਦ ਹੀ ਆ ਇਹਨਾਂ ਲੰਬਣਾ ਲੰਬਣਾ ਨਾਲ ਸਾਹਿਬ ਲੈ ਗਈ ਨੋ ਇਹ ਜਿਹੜੇ ਲੰਬਣ ਆ ਤੁਸੀਂ ਮੈਨੂੰ ਦੱਸਣਾ ਅੰਦਾਜ਼ਾ ਅੰਦਾਜ਼ਾ ਲੈ ਗਈ ਨੋ ਇੱਥੋਂ ਵਾਲੀ ਬੰਦਾ ਰੁੜਿਆ ਨਾ ਤਾਂ ਬੰਦਾ ਗਿਆ ਨਾ ਨਾ ਬਾਈ ਨਾ ਵੈਸੇ ਮੈਂ ਪਤਾ ਸੋਨਾ ਜੁਲਣਾ ਇੱਥੋਂ ਬੰਦਾ ਗਿਆ ਰੁੜਿਆ ਤਾਂ ਗਿਆ ਨਾ ਉਹ ਤਾਂ
ਫਾਈਨਲੀ ਭੈਣੋ ਭਰੋ ਅਸਾਂ ਜਿੱਥੇ ਅਸ਼ਨਾ ਸਾਹਿਬ ਪਹੁੰਚੀ ਆਏ ਹਾਂ। ਹੁਣ ਤੁਸੀਂ ਕੀ ਹਾਲੀ ਮੈਂ ਇੱਥੋਂ ਬਹਿ ਕੈਮਰੇ ਕੀ ਨਜ਼ਾਰਾ ਕਰਾਉਣਾ। ਮਾਸ਼ਾਅੱਲਾ ਉਹ ਨੀਚੇ ਇਹ ਨੱਚੀ ਰਹਿਣ ਪਿੱਛੇ ਬੈਠੇ ਕਿ ਮੋਟਰਸਾਈਕਲ ਸਾਰੇ ਯਾਰ ਖਲਨੇ ਪਏ। ਠੀਕ ਹੈ, ਅਸਲਾਮ ਵਾਲੇਕੁਮ। ਭੈਣੋ ਭਰੋ ਦਰਬਾਰ ਪਰ ਸਲਾਮ ਸਲਾਮ ਕੀਤਾ ਆ। ਹੁਣ ਭਾਈ ਸਾਜਿਦ ਦੂਰ ਗਿਆ ਪਾਉਣੀ ਨੀਚਾ, ਇਹਨੇ ਤਕਰੀਬਨ 2 ਘੰਟੇ ਲਗੀ ਜਾ। ਠੀਕ ਹੈ, ਮੈਂ ਤਾਂ ਭਾਈ ਰਹਿਮ ਫੈਸਲਾ ਕੀਤਾ ਜਿਸ ਦੇਰੀ ਭਾਈ ਸਾਜਿਦ ਦੂਰ ਅਸ਼ਨੇ ਨਾ ਸਾਰੇ ਮਾਮਲਾਤ ਕਰ ਰਹੇ ਹਾਂ। ਅਸਾਂ ਲੈ ਜੁਲੇ ਅੱਗੇ ਹੋਟਲਾ ਪਰ ਕੀ ਅਸਾਂ ਤਕਰੀਬਨ 2 ਘੰਟੇ ਨਾ ਉਹ ਹਜ਼ਾਰ ਤੈਅ ਕਰ ਦਿੱਤਾ ਪੋਤੇ ਹਾਂ। ਹੁਣ ਅੱਗੇ ਅਸਾਂ ਜੁੱਸਾਂ ਸੌਸਾ ਆਇਆ ਵਾਂ, ਅੱਗੇ ਜੁੱਸਾਂ ਤਾਂ ਇਨਸ਼ਾ ਅੱਲਾ ਚਾਹ ਸ਼ਾਹ ਪੀਸਾਂ, ਤਾਂ ਫਿਰ ਉਸ ਤੋਂ ਬਾਅਦ ਨਿਕਲਸਾਂ ਗੁਲਾਬ ਸ਼ਰੀਫ ਤਰਫ ਭਾਈ ਸਾਜਿਦ ਪਿੱਛੇ ਤਕਰੀਬਨ 1.5 ਘੰਟੇ ਕਿਉਂਕਿ ਇੱਥੇ ਇਹਨਾਂ ਕਿ ਤਕਰੀਬਨ ਜਾਂ 2-2.5 ਘੰਟੇ ਲੈ ਜੇ ਅਸੀਂ ਲੰਗਰ ਤਿਆਰ ਕਰਨੇ, ਇਸ ਤਰੀਕੇ ਮਾਮਲਾ ਕਰਨੇ ਕਾਫੀ ਟਾਈਮ ਲੱਗਿਆ ਸੀ। ਜਾਣ ਦਿਓ ਉਸਤਾਦ ਜੀ, ਜਾਣ ਦਿਓ। ਬਹੁਤ ਬੁਰਾ ਤਰੀਕਾ ਲਾ ਹੈ ਯਹਾਂ ਸੇ ਮੋਟਰਸਾਈਕਲ ਹਮਾਰਾ। ਆਓ ਜਾ ਮਿਸਟੇਕ ਦਿੱਤੀ ਆ ਤੋ ਬੁਰਾ ਲੱਛਾ ਚੇਂਜ ਹੋ ਗਿਆ। ਭੈਣੋ ਬਰੋ ਰਾਹ ਸਾਂ ਭੁੱਲ ਗਈਆਂ, ਜੰਗਲਾਂ ਬੜੀ ਗਈਆਂ, ਭਟਕ ਗਏ ਹੈ ਹਮ ਜੰਗਲ ਮੇਂ ਇਧਰ। ਹੁਣ ਇਹ ਆ ਕਿ ਅਸਾਂ ਆਖਰ ਪਰ ਫੈਸਲਾ ਕੀਤਾ ਗਏ, ਅਸੀਂ ਵੈਸੇ ਉਹ ਪਾਰੀ ਸਾਈਡੋਂ ਜੰਗਲ ਜਾਣਾ ਉਧਰੋਂ ਸਾਂ ਨਿਕਲਣਾ ਸੀ, ਅਸਾਂ ਇਹ ਸਾਡੋ ਉਰਲੇ ਸਾਈਡ ਨਿਕਲੀ ਆਏ ਹਾਂ। ਤਾਂ ਅਸਾਂ ਹੁਣ ਇੱਥੋਂ ਰਾਹ ਕੋਈ ਲੱਭਣਾ ਪਿਆ ਕਿਸ ਰਾਹ ਇੱਥੋਂ ਨਿਕਲਿਆ ਜਾਏ। ਹੁਣ ਅਸਾਂ ਕੋਸ਼ਿਸ਼ ਕਰਨੇ ਹਾਂ ਇੱਥੋਂ ਕਿਸੇ ਤਰੀਕੇ ਨਾਲ ਨਿਕਲਣਾ। ਵੈਸੇ ਤਾਂ ਮੋਟਰਸਾਈਕਲ ਬ੍ਰੇਕ ਇੱਥੇ ਮਾਰੋ ਤਾਂ ਇੱਥੋਂ ਤਰੀਕੇ ਨਾਲ ਕੋਈ ਅੰਦਾਜ਼ਾ ਨਹੀਂ ਆ ਪੈ ਰਿਹਾ, ਮੰਨੇ ਪਿਓ ਪਰ ਹੁਣ ਪਤਾ ਨਹੀਂ ਕਿਆ ਹੋਣਾ। ਡਰਾਈਵਰ ਚੱਕ ਅਸਾਂ ਹਾਲੀ ਮੈਂ ਬ੍ਰੇਕ ਨਾ ਮਾਰਿਆ, ਬਾਕੀ ਹੈ ਰਹੀ ਨੋ ਬ੍ਰੇਕ, ਬ੍ਰੇਕ ਨਹੀਂ ਇਹ ਬ੍ਰੇਕਾਂ ਵੀ ਖੁੱਲ੍ਹਣ ਨਹੀਂ ਲਾ ਤਾਂ ਬੜੇ ਦੁੱਖ ਚਾਸਾਂ ਚਾਹੀਦਾ ਮੈਂ। ਹਾਏ ਬੇੜੇ ਡਰ ਲੈਣਾ। ਭੈਣਾਂ ਭਰਾ ਪਰਸੀਨਾ ਹੋ ਗਈਆਂ, ਰਾਹ ਥੋੜ੍ਹੀ ਜਿਹੀ ਮਿਸਟੇਕ ਕੀਤੀ ਰਾਹ 'ਚ, ਅਸਾਂ ਜੰਗਲਾਂ ਜੇ 'ਚ ਜਾ ਰਾਹ ਭੁੱਲੇ ਹਾਂ ਕਿ ਪੱਕਾ ਭੁੱਲੀਏ ਗਏ ਹਾਂ। ਬੜੇ ਅਸੀਂ ਤੱਕ ਉਹ ਨਿਕਦੇ ਹਾਂ ਇਸ ਜੰਗਲਾਂ ਵਿੱਚੋਂ, ਮੰਨਦਾ ਕੋਈ ਮੇਨ ਰੋਡਾਂ ਨੇ ਕੋਲ ਪੁੱਜਿਆ ਪਾਰ, ਸਾਹਮਣੇ ਮੇਨ ਰੋਡ ਹੀ ਅਸਾਂ ਇੱਥੇ ਰਾਹ ਪੁੱਜੇ ਹਾਂ। ਹੁਣ ਅਸਾਂ ਇੱਥੋਂ ਨਿਕਲੀ ਤਾਂ ਸਿੱਧੇ ਜਾਣੀ ਪਾਰ ਮੇਨ ਰੋਡਾਂ ਪਰ, ਤਾਂ ਫਿਰ ਅਗਲਾ ਸਫ਼ਰ ਸ਼ੁਰੂ ਕਰ। ਫਾਈਨਲੀ ਭੈਣੋ ਭਰਾ ਗੁਲਾਬ 'ਚ ਪੁੱਛੇ ਹਾਂ, ਦਰਬਾਰ ਪਰ ਜੁਲੇ ਹਾਂ ਅੰਦਰ, ਤੁਸੀਂ ਦੱਸਣੀ ਆ ਵੀਡੀਓ, ਉਸ ਤੋਂ ਬਾਅਦ ਫਿਰ ਅਗਲੀ ਕੋਈ ਪਾਣੀ ਵਾਲੀ ਬਾਈ ਬਾਈ ਜਾ ਕੇ ਤੁਸੀਂ ਕਿਆ ਹੋਈ।
ਇੱਥੋਂ ਵੀ ਆਉਣਾ ਭਰਾ, ਸਾਡੇ ਨਜ਼ਾਰਾ ਲੈ ਸਕਦੇ ਹਾਂ ਹੁਣ ਬਾਜ਼ਾਰਾਂ ਨੂੰ। ਛੱਤ ਪਰ ਨਜ਼ਾਰਾ ਮਾਸ਼ਾਅੱਲਾ, ਦਰਬਾਰ ਤਾਂ ਮਸਜਿਦ ਨੇ ਅੰਦਰ ਨਾ। ਤੁਸੀਂ ਚੈੱਕ ਕਰਾਂ ਮਾਸ਼ਾਅੱਲਾ ਮਸਜਿਦ, ਇੱਧਰ ਨੌਜਵਾਨ ਦਰੀਆਂ ਖੜੇਟੀ ਦੇ, ਇੱਧਰ ਦਸਤਰਖਾਨ ਸਾਰੇ। ਅਸਾਂ ਹੁਣ ਇੱਧਰ ਜੁਲੇ ਹਾਂ ਥੋੜ੍ਹੀ ਦੇਰ, ਕਰ ਸਾਂ ਰੈਸਟ, ਉਸ ਕੇ ਬਾਅਦ ਸੁਣੋ ਅਸੀਂ ਮੁਲਾਕਾਤ। ਥੋੜ੍ਹੀ ਦੇਰ ਰੈਸਟ ਅਸੀਂ ਬਾਅਦ ਮੇਰੇ ਸਾਜਿਦ ਵੀ ਆ ਗਿਆ, ਬਾਕੀ ਮਾਸ਼ਾਅੱਲਾ ਦਰਬਾਰ ਸ਼ਰੀਫ ਪਰ ਨਮਾਜ਼ ਅਸਰ ਅਦਾ ਕੀਤੀ ਆ, ਹੁਣ ਜੁਲੇ ਹਾਂ ਥੋੜ੍ਹਾ ਜਿਹਾ ਸ਼ਹਿਰਾਂ ਨੇ ਵਿਦੇਸ਼ੀ ਮਾਰੀ ਕੀਤੀ ਹੈ, ਤੱਕਿਆ ਸੁਣਿਆ ਮੈਂ ਸਾਜਿਦ ਨਹੀਂ, ਫਿਰ ਥੋੜ੍ਹੀ ਗੱਲਬਾਤ ਕਰਨੀ ਸੀ, ਗੋਲੀਆਂ ਚੁਲਿਆ ਕਿ ਨਸਾਂ, ਫਿਰ ਨਾਲ ਫਿਰਸਾਂ ਟੁਰਸਾਂ ਮੌਜਾਂ ਵਰਤਣ, ਨਾਲ ਆਪਣੇ ਮਾਮਲਾ ਜਿਹੜੇ ਆ ਸਾਡੇ ਉਹ ਵੀ ਜਾ ਰਹੀ ਉਹ ਸਾਰੀ ਦੱਸਣ, ਕਿਆ ਕੁਝ ਹੋਣੇ ਆ ਅਸੀਂ ਦੱਸਦੇ ਹਾਂ ਇਨਸ਼ਾ ਅੱਲਾਹ ਤਾਲਾ। ਭਾਵੇਂ ਇੰਜੋਏ ਕਰੋ, ਨਾਲ ਨਾਲ ਜੁੜੇ ਰਹੋ, ਸਮਝਾ ਰਹੇ ਹੋ ਨਾ, ਚੈਨਲ ਜੋ ਸਬਸਕ੍ਰਾਈਬ ਮਾਰੀ ਨੂੰ। ਅਸਲ 'ਚ ਪੂਰੀ ਦਿਹਾੜ ਅਸਾਂ ਵੀਡੀਓ ਬਣਾਈ ਪਰ ਮਜ਼ਾ ਨਹੀਂ ਆਇਆ, ਜਿਹੜੀ ਪਹਿਲੇ ਦਿਹਾੜੀ ਨਹੀਂ ਵੀਡੀਓ ਸੀ ਨਾ, ਉਸ ਨਾਲ ਖਾਸ ਜਿਹਾ ਮਜ਼ਾ ਨਹੀਂ ਆਇਆ, ਕਿਉਂਕਿ ਵੀਡੀਓ ਹਲੀਆਂ ਰਹੀਆਂ, ਉਹਨਾਂ ਨੇ ਸੈਟਿੰਗ ਖਰਾਬ ਹੋਈ ਸੀ, ਫੋਨ ਖਰਾਬ ਹੋਇਆ ਸੀ, ਉਸ ਤੋਂ ਬਾਅਦ ਸੈਟਿੰਗ ਸੈਟਿੰਗ ਚੇਂਜ ਕੀਤੀ ਨਾ, ਸੈਟਿੰਗ ਖਰਾਬ ਹੋ ਗਈ ਸੀ, ਬਰਾ ਲਿਆ ਕੇ ਜਿਹੜਾ ਅਲਹਮਦੁਲਿਲਾ ਮੈਂ ਸੈਟਿੰਗ ਖਾ ਰਹੀ ਸਭੀ ਦਾ, ਤਕਰੀਬਨ ਆਪ ਨੇ ਕੋਸ਼ਿਸ਼ ਕੀਤੀ ਆ ਕਿ ਸੈਟਿੰਗ ਬਿਹਤਰ ਕਰਾਂ। ਹਾਂ ਪਹਿਲਾਂ ਜੇ ਦਿਹਾੜੀ ਵੀਡੀਓ ਬਣਾ ਰਿਹਾ ਨਾ, ਉਹ ਵੀਡੀਓ ਭੁੱਲ ਲੰਬੀ ਬਣਾਈ ਹੋਈ ਸੀ, ਮਤਲਬ ਚੈੱਕ ਕਰ ਲਾਂ ਵੀਡੀਓ ਇਤਨੀ ਜ਼ਿਆਦਾ ਨਹੀਂ ਸੀ, ਫਿਰ ਮੈਂ ਉਹ ਵੀਡੀਓ ਕੱਟੀ ਹੋ ਗਈ ਆ, ਤਕਰੀਬਨ 64 GB 7-8 ਮਿੰਟਾਂ ਨੇ, ਕਿਉਂਕਿ ਪੂਰੀ ਦਿਹਾੜੀ ਰੁਟੀਨ ਜ਼ਾਇਆ ਹੋਣੀ ਸੀ, ਫਿਰ ਇਹ ਆ ਕੇ ਹੁਣ ਥੋੜ੍ਹੀ ਜਿਹੀ ਹੋਰ ਬਣਾਈ ਦਾ ਵੀਡੀਓ ਲੰਬੀ ਕਰੀ ਦੱਸ ਨਹੀਂ, ਫਿਰ ਮੈਂ ਪੇਸ਼ ਕਰਦਾ। ਫਿਰਨੇ ਅਸਾਂ ਪਹੁੰਚੇ ਹਾਂ ਦੇ ਕੋਟਲੀ ਸ਼ਹਿਰ ਦੇ ਅੰਦਰ, ਕਿਉਂਕਿ ਮੈਡੀਕਲ ਸਟੋਰ ਅਸੀਂ ਕਿ ਲੱਭਣੇ ਸੀ ਉਹ ਕੋਟਲੀ ਸ਼ਹਿਰ ਦੇ ਅੰਦਰ, ਇੱਥੇ ਆਏ ਹਾਂ ਬਾਹਰ, ਉਹ ਸਾਹਮਣੇ ਸਾਨੂੰ ਚੱਕ ਰਿਹਾ ਮੈਡੀਕਲ ਸਟੋਰ ਆ, ਭਾਈ ਸਾਜਿਦ ਹੋਰ ਗਏ ਆ ਉੱਥੋਂ, ਉੱਥੇ ਰਹਿਣਾ ਦੱਸਦਾ ਨਹੀਂ ਗੋਲੀ ਖਿੱਚਿਆ ਕਿੰਨਾ ਗਿਆ, ਅਣਫੇ ਨਹੀਂ ਠੀਕ ਆ, ਬਾਅਦ ਆਪਣਾ ਜਿਹੜਾ ਸਫ਼ਰ ਸ਼ੁਰੂ ਕੀਤਾ ਵਾ, ਤਾਂ ਅਸੀਂ ਮਰਜ਼ੀ ਪੈਦਲ ਅਸਾਂ ਇੰਜੋਏ ਕਰ ਸਕਦਾ, ਥੋੜ੍ਹਾ ਪਤਾ ਆਉਣੇ ਜੀ ਸਿਹਤ ਨਹੀਂ ਠੀਕ ਆ, ਮੋਟਰਸਾਈਕਲਾਂ ਉੱਪਰ ਮੋਟਰਸਾਈਕਲਾਂ ਪਰ ਆਈ ਆ, ਉਹ ਲਾਉਂਦੇ ਹਾਂ ਗੰਨੇ ਲਾ, ਗੰਨੇ ਦਾ ਜੂਸ ਪੀਸਾਂ ਜਿਹੜਾ ਠੀਕ ਆ ਰਿਹਾ, ਅੱਜ ਆ 10 ਹੋਰ ਆਪਣਾ ਦੜਾ ਆ, ਪਹੁੰਚੇ ਉਸ ਪਤਾ ਲਿਆ ਕਿ ਆਉਣਿਆ ਥੋੜ੍ਹਾ ਜਿਹਾ ਗੰਨਾ ਜੂਸ ਪੀ ਲੈ ਕੇ, ਦਿਹਾੜੀ ਗਰਮੀ ਥੋੜ੍ਹੀ ਦੇਰੀ ਨਾਲ ਜਿਹੜਾ ਥੱਕਿਆ ਪਿਆ ਬਿਲਕੁਲ, ਜੁਲਿਆ ਪੀਣਿਆ ਗੰਨੇ ਦਾ ਜੂਸ ਜੇ ਲੱਭੀ ਗਿਆ ਤਾਂ ਨਾਲ ਜੁੜੇ ਹੋਏ ਆ, ਦਿਸ ਇਜ਼ ਏ ਕੋਟਲੀ ਸ਼ਹਿਰ।